ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੌਲਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਮਾਦੂ ਲਾਲ ਹੁਸੈਨ ਇਸ ਵਿੱਚ ਰੱਬੀ ਹੁਕਮ ਅਨਸਾਰ ਜੋ ਫਕੀਰਾਂ ਦੇ ਅੰਦਰ ਗੁਜੀਆਂ ਰਮਜ਼ਾ ਹੁੰਦੀਆਂ ਹਨ ਉਸ ਨੂੰ ਉਜਾਗਰ ਕੀਤਾ ਗਿਆ ਹੈ ਕਿ ਫਕੀਰ ਜਦ ਕਰਾਮਾਤ ਕਰਦੇ ਹਨ ਕਿਸ ਹਾਲਤ ਵਿੱਚ ਕਰਦੇ ਹਨ ਪਰ ਆਮ ਲੋਕ ਉਸ ਘਟਨਾ ਦੇ ਪਿਛੋਕੜ ਨੂੰ ਨਾ ਸਮਝਦੇ ਹੋਏ ਉਹਨਾਂ ਦੇ ਸ਼ਰੀਰ ਛੱਡਣ ਮਗਰੋਂ ਕਿਵੇਂ ਉਹਨਾਂ ਕਰਮਾਤਾ ਨੂੰ ਲੈ ਲੈਂਦੇ ਹਨ ਉਸੇ ਤਰ੍ਹਾਂ ਫਿਰ ਉਹ ਉਸ ਦੀ ਪੂਜਾ ਕਰਦੇ ਹਨ ਆਹ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ करिए ਜੀ ਲਾਹੌਰ ਤੋਂ ਬਾਹਰ ਬਾਰ ਬਾਰ ਲਾਗੇ-ਲਾਗੇ ਦੇ ਦੋ ਮਜ਼ਾਰ ਹਨ ਇਹਨਾਂ ਵਿੱਚੋਂ ਇੱਕ ਹੁਸੈਨ ਦਾ ਹੈ ਅਤੇ ਦੂਸਰਾ ਮਾਦੋਲਾਲ ਦਾ ਇੱਥੇ ਹਰ ਸਾਲ ਇੱਕ ਬਹੁਤ ਪਾਰਾ ਮੇਲਾ ਲੱਗਦਾ ਹੈ ਲੋਕਾਂ ਦੇ ਪਿਆਰੇ ਅਤੇ ਸਤਕਾਰਤ ਇਹਨਾਂ ਦੋਹਾਂ ਸੰਤਾਂ ਦੀ ਯਾਦ ਵਿੱਚ Hindu ਅਤੇ Musalman ਇਕੱਠੇ ਹੁੰਦੇ ਹਨ ਇਹਨਾਂ ਮਜ਼ਾਰਾਂ ਤੇ ਹਰ ਰਾਤ ਦੀਵੇ ਜਗਾਏ ਜਾਂਦੇ ਹਨ ਰਾਹ ਜਾਂਦੇ ਰਾਹੀ ਚੜਾਵੇ ਚੜਾਉਂਦੇ ਹਨ ਇਹਨਾਂ ਦੀ ਸਾਮ ਸੰਭਾਲ ਦੋ ਫਕੀਰ ਕਰਦੇ ਹਨ ਉਹਨਾਂ ਦੇ ਵਿਭੂਤੀ ਮੱਲੀ ਹੁੰਦੀ ਹੈ ਵਾਲ ਵਧਾਏ ਹੁੰਦੇ ਹਨ ਅਤੇ ਗਲ ਵਿੱਚ ਕੱਚ ਦੇ ਮਣਕਿਆਂ ਦੀਆਂ ਮਾਲਾਂ ਪਾਈਆਂ ਹੁੰਦੀਆਂ ਹਨ ਜੋ ਲੱਕੜਹਾਰੇ ਗੱਦਿਆਂ ਵਾਲੇ ਅਤੇ ਛੋਟੇ-ਮੋਟੇ ਵਪਾਰੀ ਇੱਥੋਂ ਦੀ ਮੰਡੀ ਨੂੰ ਜਾਂਦੇ ਹਨ ਉਹ ਸੁਖਣਾ ਸੁਖਦੇ ਹਨ ਕਿ ਜੇ ਉਹਨਾਂ ਨੂੰ ਲਾਹਾ ਹੋਇਆ ਤਾਂ ਉਹ ਹੁਸੈਨ ਅਤੇ ਮਦੋਲਾਲ ਦੇ ਮਕਬਰਿਆਂ ਤੇ ਵਕ-ਵਕ ਕੁ ਚੜਾਵਾ ਚੜਾਉਣਗੇ ਹੈਰਾਨੀ ਦੀ ਗੱਲ ਇਹ ਹੈ ਕਿ ਜੋ ਵੀ ਵਿਸ਼ਵਾਸ ਕਰਦੇ ਹਨ ਉਹਨਾਂ ਨੂੰ ਲਾਭ ਹੁੰਦਾ ਹੈ ਹੁਸੈਨ ਲੋਕਾਂ ਨੂੰ ਬੱਚੇ ਬਖਸ਼ਦੇ ਹਨ ਇਸ ਲਈ ਮਾਂ ਮਾ ਆਪਣੇ ਬਿਮਾਰ ਬੱਚਿਆਂ ਨੂੰ ਲਿਆਉਂਦੀਆਂ ਹਨ ਅਤੇ ਉਹਨਾਂ ਨੂੰ ਮਜ਼ਾਰ ਦੀ ਮਿੱਟੀ ਖਾਣ ਲਈ ਦਿੰਦਿਆਂ ਹਨ ਕਰਾਮਾਤ ਇਹ ਹੈ ਕਿ ਬੱਚੇ ਠੀਕ ਹੋ ਜਾਂਦੇ ਹਨ ਇਸ ਤਰ੍ਹਾਂ ਚੜਾਵਾ ਚੜਦਾ ਰਹਿੰਦਾ ਹੈ ਅਤੇ ਨੀਲੇ ਮਣਕਿਆਂ ਦੀਆਂ ਮਾਲਾਂ ਵਾਲੇ ਮਜ਼ਾਰਾਂ ਦਾ ਤੋਰਾ ਤੁਰਿਆ ਰਹਿੰਦਾ ਹੈ ਮਜ਼ਾਰ ਦੇ ਦੀਵਿਆਂ ਦਾ ਕੁਝ ਤੇਲ ਉਹ ਆਪਣੇ ਵਾਲਾਂ ਨੂੰ ਲਾ ਕੇ ਗਵਾਲ ਸਵਾਰ ਲੈਂਦੇ ਹਨ ਅਤੇ ਲਿਸ਼ਕਾ ਲੈਂਦੇ ਹਨ ਉਹ ਆਪਣਾ ਸਮਾਂ ਇਸੇ جہਾਲਤ ਵਿੱਚ ਬਿਤਾਏ ਜਾਂਦੇ ਹਨ ਜਦੋਂ ਉਹ ਲੋਕਾਂ ਨੂੰ ਮਜ਼ਾਰਾਂ ਵੱਲ ਆਉਂਦੇ ਦੇਖਦੇ ਹਨ ਤਾਂ ਉਹ ਸ਼ੀਸ਼ੇ ਦੇ ਮਣਕੇ ਦੀਆਂ ਵੱਡੀਆਂ ਤਸਬੀਆਂ ਫੇਰਨ ਲੱਗ ਪੈਂਦੇ ਹਨ ਅਤੇ ਵਿੱਚ ਵਿੱਚ ਮਾਦੋ ਲਾਲ हुसैन ਯਾ ਅੱਲਾ ਦੇ ਐਨੇ ਉੱਚੀ ਹੋਕਰੇ ਮਾਰਦੇ ਹਨ ਕਿ ਉਹ ਇੱਕ ਚੌਥਾਈ ਮੀਲ ਤੋਂ ਵੀ ਵੱਧ ਦੂਰ ਸੁਣਦੇ ਹਨ ਪੰਜਾਬ ਵਿੱਚ ਅਜੇ ਫਕੀਰਾਂ ਦੇ ਮਜ਼ਾਰ ਲੋਕਾਂ ਲਈ ਹਰ ਸ਼ੁੱਕਰਵਾਰ ਇੱਕ ਹੋਰ ਖਿਚਵੀ ਰੱਖਦੇ ਹਨ ਲਾਹੌਰ ਦੀਆਂ ਨਾਚੀਆਂ ਨੂੰ ਕੋਈ ਹੋਰ ਅਸਥਾਨ ਨਹੀਂ ਮਿਲਦਾ ਜਿੱਥੇ ਜਾ ਕੇ ਉਹ ਆਜ਼ਾਦੀ ਨਾਲ ਬੰਦਗੀ ਕਰ ਸਕਣ ਉਹ ਇਨ੍ਹਾਂ ਫਕੀਰਾਂ ਦੇ ਮਜ਼ਾਰਾਂ ਤੇ ਚਲੀਆਂ ਜਾਂਦੀਆਂ ਹਨ ਉਹ ਵੀ ਮੁਕਤੀ ਪਾਲਦੀਆਂ ਹਨ ਫਿਰ ਉਹ ਇਨ੍ਹਾਂ ਸੰਤਾਂ ਵਿੱਚ ਵਿਸ਼ਵਾਸ ਤੋਂ ਹੀ ਮੁਕਤੀ ਬਾਰੇ ਸੋਚਦੀਆਂ ਹਨ ਉਹ ਰੰਗ ਬਿਰੰਗੇ ਵਧੀਆ ਸਿਲਕ ਦੇ ਕੱਪੜੇ ਪਾਉਂਦੀਆਂ ਹਨ ਇਹ ਜੋਬਨਮਤੀਆਂ ਮੁਟਿਆਰਾਂ ਮਜ਼ਾਰਾਂ ਤੇ ਜਾ ਕੇ ਗਾਉਂਦੀਆਂ ਵਜਾਉਂਦੀਆਂ ਹਨ ਮਾਦੂ ਲਾਲ ਅਤੇ ਹੁਸੈਨ ਦੇ ਮਜ਼ਾਰਾਂ ਤੇ ਉਹ ਸਦਾ ਹੀ ਇਸ ਤਰ੍ਹਾਂ ਕਰਦੀਆਂ ਆਈਆਂ ਹਨ ਗੀਤ ਸੰਗੀਤ ਦੇ ਪਰਮਾਨੇ ਜਿਨ੍ਹਾਂ ਨੂੰ ਕਦੇ ਇਸ ਤਰ੍ਹਾਂ ਦਾ ਵਧੀਆ ਨਾਚ ਤੇ ਗਾਣਾ ਸੁਣਨਾ نصیਬ ਨਹੀਂ ਹੋ ਸਕਦਾ ਇੱਥੇ ਆਉਂਦੇ ਹਨ ਅਤੇ ਇਹਨਾਂ ਰੂਪਮਤੀਆਂ ਨਾਚੀਆਂ ਦੇ ਨਾਚ ਅਤੇ ਗਾਣੇ ਸੁਣਦੇ ਹਨ ਉਸ ਤਰ੍ਹਾਂ ਅਜਿਹੀਆਂ ਮਹਿਫਲਾਂ ਆਮ ਤੌਰ ਤੇ ਅਮੀਰ ਆਦਮੀਆਂ ਦੀ ਪਹੁੰਚ ਵਿੱਚ ਹੀ ਹੁੰਦੀਆਂ ਹਨ ਮਾਦੂ ਲਾਲ ਹਿੰਦੂਆਂ ਦਾ ਲੜਕਾ ਸੀ ਉਹ ਲਾਹੌਰ ਦੇ ਇੱਕ ਸ਼ੌਕਾਰ ਦਾ ਬੇਟਾ ਸੀ। ਉਹਨਾਂ ਦੇ ਇਹ ਬੇਟਾ ਢਲ ਦੀ ਉਮਰ ਵਿੱਚ ਬੜੀਆਂ ਮੰਤਾਂ ਮੰਨਣ ਉਪਰੰਤ ਹੋਇਆ ਸੀ। ਪਿਤਾ ਦਾ ਨਾਮ ਮਾਦੋ ਸੀ ਇਸ ਲਈ ਉਹਨਾਂ ਉਸ ਦਾ ਨਾਮ ਮਾਦੋ ਲਾਲ ਰੱਖਿਆ ਭਾਵ ਮਾਦੋ ਦਾ ਲਾਲ। ਉਸ ਦਾ ਮੱਥਾ ਦਗਦਗ ਕਰਦਾ ਸੀ ਇਸ ਲਈ ਉਸ ਦੀ ਮਾਂ ਨੇ ਮੱਥੇ ਤੇ ਕਾਲਾ ਟਿੱਕਾ ਲਾ ਦਿੱਤਾ ਅਤੇ ਨਿੱਕੀਆਂ ਨਿੱਕੀਆਂ ਬਾਹਾਂ ਤੇ ਕਾਲੇ ਧਾਗੇ ਦੇ ਗਾਣੇ ਬੰਨ ਦਿੱਤੇ। ਇਹ ਕਾਲੀਆਂ ਚੀਜ਼ਾਂ ਉਸਦੇ ਗੋਰੇ ਰੰਗ ਅਤੇ ਸੋਹਣੇ ਨਕਸ਼ਾ ਨੂੰ ਲੋਕਾਂ ਦੀਆਂ ਮਾੜੀਆਂ ਨਜ਼ਰਾਂ ਤੋਂ ਬਚਾਉਣ ਲਈ ਸਨ ਉਸਦੀ ਮਾਂ ਹਰ ਕਿਸੇ ਤੋਂ ਤਰੰਦੀ ਸੀ ਉਹ ਦਰਵਾਜ਼ੇ ਤੇ ਆਏ ਕਿਸੇ ਵੀ ਮੰਗਤੇ ਨੂੰ ਨਿਰਾਸ਼ ਨਹੀਂ ਸੀ ਕਰਦੀ ਉਹ ਦਿਲ ਖੋਲ ਕੇ দান ਦੇ ਰਹੀ ਸੀ ਤਾਂ ਜੋ ਹਰ ਗਰੀਬ ਗੁਰਬਾ ਉਸਦੇ ਬੱਚੇ ਨੂੰ ਅਸੀਸ ਦੇਵੇ ਖਾਸ ਤੌਰ ਤੇ ਸਾਧਾ ਸੰਤਾਂ ਤੋਂ ਉਹ ਬਹੁਤ ਡਰਦੀ ਸੀ ਉਹਨਾਂ ਲੋਕਾਂ ਤੋਂ ਵੀ ਜੋ ਬਿਨਾਂ ਮਿਹਨਤ ਮਜ਼ਦੂਰੀ ਕਰਨ ਦੇ ਖਾਣ ਪੀਣ ਦਾ ਪ੍ਰਬੰਧ ਕਰਨ ਲਈ ਤਕਮੰਝ ਨਾਲ ਹੀ ਸਾਧਾਂ ਦਾ ਭੇਸ ਤਾਰੀ ਕਰ ਫਿਰਦੇ ਹਨ ਉਹ ਉਹਨਾਂ ਨੂੰ ਖੁਸ਼ ਕਰਨ ਦਾ ਯਤਨ ਕਰਦੀ ਉਹ ਜੋ ਚਾਹੁੰਦੇ ਉਹ ਹੀ ਕਰਦੀ ਦੋਵੇਂ ਹੀ ਮਾਪੇ ਉਸ ਦੀ ਹਿਫਾਜ਼ਤ ਲਈ ਫਿਕਰਮੰਦ ਸਨ ਅਤੇ ਇਸ ਲਈ ਹਰ ਸੰਭਵ ਯਤਨ ਕਰਦੇ ਸਨ ਦੂਸਰਾ ਹੁਸੈਨ ਇੱਕ ਮਨਿਆ ਪਰਮਨਿਆ ਫਕੀਰ ਸੀ ਅਤੇ ਸ਼ੇਰ ਘਟਵਾਦੀ ਆਉਂਦਾ ਸੀ ਵੰਡਿਆਲੀ ਆਪਕੇ ਕਰਾਂ ਦੇ ਝੁੰਡ ਹੀਠ ਉਹ ਨੰਗਾ ਹੀ ਰਹਿੰਦਾ ਸੀ ਜੋ ਉਸ ਦੇ ਨੇੜੇ ਜਾਂਦੇ ਉਹਨਾਂ ਨੂੰ ਉਹ ਪੱਥਰ ਮਾਰਦਾ ਸੀ ਉਹ ਦੂਰ ਦੂਰ ਤੱਕ ਮਸ਼ਹੂਰ ਹੋ ਗਿਆ ਸੀ ਲੋਕ ਉਸ ਨੂੰ ਦੇਖਣ ਆਉਂਦੇ ਪਰ ਕਿਹਾ ਜਾਂਦਾ ਸੀ ਕਿ ਪਿਛਲੇ 10 ਸਾਲਾਂ ਤੋਂ ਉਸ ਕਿਸੇ ਨਾਲ ਕਲਾਮ ਨਹੀਂ ਸੀ ਕੀਤਾ ਅਤੇ ਨਾ ਹੀ ਉਸ ਕਿਸੇ ਵੱਲ ਅੱਖਾਂ ਖੋਲ ਕੇ ਤੱਕਿਆ ਸੀ ਉਸ ਦੇ ਕੁਝ ਕੋ ਭਗਤ ਹੀ ਉਸ ਕੋਲ ਜਾ ਸਕਦੇ ਸਨ ਉਹ ਖਾਣਾ ਉਸਦੇ ਸਾਹਮਣੇ ਰੱਖ ਦਿੰਦੇ ਜੋ ਅਲੱਗ ਅਤੇ ਬਹੁਤ ਸਾਦਾ ਹੁੰਦਾ ਸੀ ਉਹ ਹੈਰਾਨ ਹੁੰਦੇ ਕਿ ਉਹ ਉਸੇ ਨਾਲ ਕਿਵੇਂ ਜੀ ਰਿਹਾ ਸੀ ਹੁਸੈਨ ਇੱਛਾ ਹੁੰਦੀ ਤਾਂ ਖਾ ਲੈਂਦਾ ਨਹੀਂ ਤਾਂ ਉੱਥੇ ਰਹਿੰਦੇ ਆਪਣੇ ਬਹੁਤ ਸਾਰੇ ਕੁੱਤਿਆਂ ਨੂੰ ਪਾ ਦਿੰਦਾ ਇਸ ਉਪਰੰਤ ਜੇ ਫਿਰ ਮਨ ਕਰਦਾ ਤਾਂ ਉਹ ਉੱਠਦਾ ਅਤੇ ਕਿਸੇ ਇੱਕ ਜਾਂ ਦੂਸਰੇ ਕੁੱਤੇ ਤੋਂ ਕੋਈ ਟੁਕੜਾ ਖੋ ਕੇ ਖਾ ਲੈਂਦਾ ਇਸ ਤਰ੍ਹਾਂ ਉਹ ਮੁਸਲਮਾਨ ਨੂੰ ਜਾਣ ਬੁੱਝ ਕੇ ਖਿਜਾਉਂਦਾ ਸੀ ਮੁਸਲਮਾਨ ਕੁੱਤੇ ਨੂੰ ਇੱਕ ਗੰਦਾ ਅਤੇ ਅਧਾਰਮਿਕ ਜਾਨਵਰ ਸਮਝਦੇ ਹਨ ਜਦੋਂ ਭਾਂਗੀ ਕੁਝ ਲਿਆਉਂਦੇ ਤਾਂ ਉਹ ਉਹਨਾਂ ਨਾਲ ਖਾਣ ਬੈਠ ਜਾਂਦਾ ਇਸ ਤਰ੍ਹਾਂ ਉਹ ਹਿੰਦੂਆਂ ਨੂੰ ਵੀ ਨਾਰਾਜ਼ ਕਰ ਲੈਂਦਾ ਹਿੰਦੂ ਭਾਂਗੀਆਂ ਨੂੰ ਅਛੂਤ ਸਮਝਦੇ ਸਨ ਬੇਸ਼ੱਕ ਹੁਸੈਨ ਹਿੰਦੂ ਅਤੇ ਮੁਸਲਮਾਨ ਦੋਹਾਂ ਨੂੰ ਹੀ ਨਾਰਾਜ਼ ਕਰਦਾ ਸੀ ਪਰ ਉਸ ਨੂੰ ਕੋਈ ਵੀ ਨਿਰਣਾ ਨਹੀਂ ਸੀ ਕਰਦਾ ਅਤੇ ਨਾ ਹੀ ਕਿਸੇ ਨੇ ਉਸ ਨੂੰ ਤਜਿਆ ਸੀ ਜਿੰਨਾ ਜ਼ਿਆਦਾ ਉਹ ਸਮਾਜਿਕ ਨੀਮਾਂ ਦੀ ਉਲੰਘਣਾ ਕਰਦਾ ਸੀ ਉਹਨਾਂ ਜ਼ਿਆਦਾ ਹੀ ਉਸ ਗਿਰਦ ਰਹਿਸ ਦੀ ਦੀਵਾਰ ਉੱਸਰ ਦੀ ਜਾਂਦੀ ਅਤੇ ਲੋਕ ਉਸ ਨਾਲ ਗੱਲ ਕਰਨ ਲਈ ਤਾੰਗਦੇ ਪਰ ਕੋਈ ਗੱਲ ਨਹੀਂ ਸੀ ਕਰ ਸਕਦਾ ਸਿਆਲ ਦੀਆਂ ਕੱਕਰੀਆਂ ਰਾਤਾਂ ਵਿੱਚ ਹੁਸੈਨ ਠੰਡੇ ਬਰਫ਼ ਪਾਣੀ ਵਿੱਚ ਛਾਤੀ ਤੱਕ ਡੁੱਬਾ ਖੜਾ ਹੁੰਦਾ ਜਦੋਂ ਬਾਹਰ ਆਉਂਦਾ ਤਾਂ ਉਸ ਦੇ ਕੁਛ ਅੰਧਾਲੂ ਉਸ ਦੇ ਪੈਰ ਛੂਕ ਕੇ ਦੇਖਦੇ ਤਾਂ ਨਿਗੇ ਹੁੰਦੇ ਜਦੋਂ ਲਾਹੌਰ ਵਿੱਚ ਅਤਿ ਦੀ ਗਰਮੀ ਹੁੰਦੀ ਤਾਂ ਹੁਸੈਨ ਸ਼िखर ਦੁਪਹਿਰੇ ਸੂਰਜ ਦੀ ਤਪਦੀ ਧੋਪ 'ਚ ਜਾ ਖੜਾ ਹੁੰਦਾ ਪਰ ਜਦੋਂ ਉਹ ਕਾਫੂਸ ਦੀ ਬਣੀ ਆਪਣੀ ਝੋਗੀ ਵਿੱਚ ਆਉਂਦਾ ਤਾਂ ਉਸਦੇ ਪੈਰ ਬਿਲਕੁਲ ਠੰਡੇ ਹੁੰਦੇ ਰਹੱਸ ਹੋਰ ਡੂੰਗਾ ਹੁੰਦਾ ਗਿਆ ਉਸਦੇ ਅੰਤਰ ਧਿਆਨ ਹੋਣ ਦੀ ਰਹਸਮਈ ਪ੍ਰਕਿਰਿਆ ਦੀ ਲੋਕਾਂ ਵਿੱਚ ਆਮ ਚਰਚਾ ਹੋਣ ਲੱਗੀ ਬਾਅਦ ਵਿੱਚ ਹੁਸੈਨ ਨੇ ਇਹ ਸਭ ਕੁਝ ਛੱਡ ਦਿੱਤਾ ਇਹ ਇਸ ਤਰ੍ਹਾਂ ਹੋਇਆ ਇਕ ਲੰਮੀਆ ਜਟਾਂ ਵਾਲਾ ਲਮਸਲਮਾ ਫਕੀਰ ਉਸ ਕੋ ਲਾਇਆ ਉਸ ਦੀ ਦਾੜੀ ਲੰਮੀ ਚਿੱਟੀ ਸੀ ਤੇ ਅੱਖਾਂ ਭਕਦੀਆਂ ਸਨ ਉਸ ਨੇ ਹੁਸੈਨ ਦੇ ਮੂੰਹ ਤੇ ਵਟ ਕੇ ਚਪੇੜ ਮਾਰੀ ਅਤੇ ਕਿਹਾ ਉੱਲੂ ਤੂੰ ਇਨਾ ਜਾਦੂ ਦੀਆਂ ਖੇਡਾਂ ਵਿੱਚ ਆਪਣਾ ਸਮਾਂ ਗੁਆ ਰਿਹਾ ਹੈ ਸ਼ਾਂਤੋ ਇਹ ਕਹਿੰਦਿਆਂ ਉਸ ਹੁਸੈਨ ਦੇ ਕੋਨ ਮੋਨ ਗੋਲ ਤੇ ਲਿਸ਼ਕ ਦੇ ਸਿਰ ਨੂੰ ਆਪਣੇ ਹੱਥਾਂ ਨਾਲ ਇਸ ਤਰ੍ਹਾਂ ਮਲਿਆ ਜਿਵੇਂ ਉਸ ਵਿੱਚ ਬਲ ਦੀ ਅਗ ਬੁਝਾ ਰਿਹਾ ਹੋਵੇ ਮੈਂ ਹੁਣ ਜਾਣਦਾ ਹਾਂ ਟਿੱਕੇ ਬੈਠ ਅਤੇ ਸ਼ਾਂਤ ਹੋ ਕੇ ਰਹੇ ਇਸ ਮਹਾਤਮਾ ਦੀ ਫੇਰੀ ਤੋਂ ਮਗਰੋਂ ਹੁਸੈਨ ਇੱਕ ਛੱਤ 'ਤੇ ਹੀਠ ਬੈਠ ਗਿਆ ਅਤੇ ਫਿਰ 5-6 ਸਾਲ ਉਸ ਨੂੰ ਕਿਸੇ ਨੇ ਬਾਹਰ ਆਇਆ ਨਹੀਂ ਸੀ ਦੇਖਿਆ ਸਿਰਫ ਉਸ ਦੇ ਬੁੱਲ ਅਤੇ ਜ਼ਬਾਨ ਸਦਾ ਹੀ ਹਿਲਦੇ ਰਹਿੰਦੇ ਸਨ ਜਿਵੇਂ ਉਹ ਕਿਸੇ ਨਾਲ ਗੱਲਾਂ ਕਰ ਰਿਹਾ ਹੋਵੇ ਉਹ ਆਪ ਮੁਹਾਰੇ ਇਸ ਤਰ੍ਹਾਂ ਹਿਲਦੇ ਰਹਿੰਦੇ ਜਿਵੇਂ ਕਿਸੇ ਅਧਿਕ ਸ਼ਕਤੀ ਦੇ ਪ੍ਰਭਾਵ ਹੇਠ ਹਿਲਦੇ ਹੋਣ ਜਿਵੇਂ ਕੋਈ ਚੱਕਰ ਦੂਸਰੇ ਚੱਕਰ ਨੂੰ ਘੁਮਾ ਰਿਹਾ ਹੋਵੇ ਜਿਹੜੇ ਲੋਕਾਂ ਨੇ ਉਸ ਦੀ ਤਰ੍ਹਾਂ ਪਰਮਾਤਮਾ ਦਾ ਨਾਮ ਜਪਣ ਦਾ ਯਤਨ ਕੀਤਾ ਉਹ ਬੁਰੀ ਤਰ੍ਹਾਂ ਸਫਲ ਰਹੇ ਪਰ ਹੁਸੈਨ ਲਈ ਇਹ ਬੋਲ ਨਿਰੰਤਰ ਸਨ ਕਿਸੇ ਅਗੰਮੀ ਸ਼ਕਤੀ ਦੇ ਚਰਨ ਕਮਲਾਂ ਨੂੰ ਚੁੰਮਣਾ ਸੀ ਅਤੇ ਗੁਲਾਬ ਦੀਆਂ ਪੱਤੀਆਂ ਨੂੰ ਪਖਣਾ ਸੀ ਜਿਵੇਂ ਗ੍ਰਹਾਂ ਦੀ ਚਾਲ ਨਾਲ ਉਸ ਦੀ ਆਤਮਾ ਕਦਮ ਮੇਚ ਕੇ ਤੁਰ ਰਹੀ ਹੋਵੇ ਸੁਤਿਆਂ ਹੋਇਆਂ ਅਤੇ ਸੁਪਨਿਆਂ ਵਿੱਚ ਵੀ ਉਹ ਪਿਆਰ ਵਿੱਚ ਲੀਨ ਰਹਿੰਦਾ। ਹੁਸੈਨ ਹੁਣ ਸਿਮਰਨ ਦੀ ਸਾਕਾਰ ਮੂਰਤ ਬਣ ਗਿਆ ਸੀ। ਤੀਸਰਾ ਮਾਦੋ لال ਵੱਡਾ ਹੋਇਆ। ਉਸ ਸਮੇਂ ਲਾਹੌਰ ਵਿੱਚ ਸ਼ਾਇਦ ਉਹ ਸਭ ਤੋਂ ਸੁਨੱਖਾ ਲੜਕਾ ਸੀ। ਉਸਦੇ ਨਕਸ਼ਾ ਵਿੱਚ ਕੁਝ ਅਜਿਹਾ ਅਪਰਭਾਸ਼ੀ ਜਿਹਾ ਸੀ ਕਿ ਸਿਆਣੀ ਉਮਰ ਦੇ ਲੋਕ ਦੇਖ ਕੇ ਕਹਿੰਦੇ ਕਿ ਅਸ਼ੋਕ ਸਮਰਾਟ ਦਾ ਪੁੱਤਰ ਕਨਾਲ ਮੁਰਜੰਪਿਆ ਹੈ। ਕੁਝ ਹੋਰ ਕਹਿੰਦੇ ਕਿ ਉਹ ਤਾਂ ਪੂਰਨ ਭਗਤ ਸੀ। ਇਹ ਮੁੰਡਾ ਸਾਡੇ ਵਰਗਾ ਸਾਧਾਰਨ ਨਹੀਂ ਇਸ ਦੀ ਕਿਸਮਤ ਦਾ ਸਿਤਾਰਾ ਇਸ ਦੇ ਮੱਥੇ ਤੋਂ ਚਮਕਦਾ ਸੀ ਇਹ ਤਾਂ ਸਵਰਗੀ ਹੈ ਇਸ ਦੀਆਂ ਅੱਖਾਂ ਵਿੱਚ ਕੋਈ ਅਗੰਮੀ ਨੂਰ ਹੈ ਉਸ ਦਾ ਮਸਤਕ ਜਿਵੇਂ ਕਿਸੇ ਮਹਾਨ ਸੰਤ ਦਾ ਮਸਤਕ ਹੋਵੇ ਉਸ ਦੀਆਂ ਬਾਹਾਂ ਆਮ ਲੋਕਾਂ ਤੋਂ ਲੰਮੀਆਂ ਹਨ ਅਤੇ ਗੋਡਿਆਂ ਤੋਂ ਹੇਠ ਤੱਕ ਆਉਂਦੀਆਂ ਹਨ ਇਹ ਸਾਰੀਆਂ ਨਿਸ਼ਾਨੀਆਂ ਇਹ ਦਰਸਾਉਂਦੀਆਂ ਹਨ ਕਿ ਮਾਦੋ ਦਾ ਬੇਟਾ ਇੱਕ ਕ੍ਰਿਸ਼ਮਾ ਹੈ ਉਹ ਕਿਸੇ ਸਾਧਾਰਨ ਸ਼ੌਕਾਰ ਦਾ ਬੇਟਾ ਨਹੀਂ ਉਹ ਇੱਕ ਅਨੋਖੀ ਰੂਹ ਹੈ ਕੁਝ ਲੋਕ ਕਹਿੰਦੇ ਇਸ ਤਰ੍ਹਾਂ ਦੀਆਂ ਰੂਹਾਂ ਕਈ ਵਾਰ ਦੁਨੀਆ ਵਿੱਚ ਭੁੱਲੇ ਭਟਕੇ ਆਉਂਦੀਆਂ ਹਨ ਪਰ ਉਹਨਾਂ ਦਾ ਕੋਈ ਮੰਤਵ ਹੁੰਦਾ ਹੈ ਇਹ ਆਪਣੇ ਪਿਛਲੇ ਜਨਮ ਵਿੱਚ ਯੋਗੀ ਹੋਵੇਗਾ ਕਿਸੇ ਸੋਹਣੀ ਕੁੜੀ ਦੇ ਚੱਕਰ ਵਿੱਚ ਆਪਣੀ ਰੋਹਾਨੀ ਪ੍ਰਾਪਤੀ ਗਵਾ ਬੈਠਾ ਹੋਵੇਗਾ ਹੁਣ ਆਪਣੇ ਕੀਤੇ ਤੇ ਪਛਤਾਪ ਲਈ ਅਤੇ ਇਸ ਜਨਮ ਵਿੱਚ ਪੂਰਨਤਾ ਦੀ ਪ੍ਰਾਪਤੀ ਲਈ ਆਇਆ ਹੋਵੇਗਾ ਇਹ ਤਾਂ ਉਸ ਰਾਜੇ ਗੋਪੀਚੰਦ ਵਰਗਾ ਲੱਗਦਾ ਹੈ ਜਿਸ yogi ਬਣ ਲਈ ਆਪਣਾ ਰਾਜ ਭਾਗ ਤਿਆਗ ਦਿੱਤਾ ਸੀ ਸੱਚਮੁੱਚ ਇਹ ਤਾਂ ਗੋਪੀਚੰਦ ਦੁਬਾਰਾ ਆ ਗਿਆ ਹੈ ਮਾਦੋ ਦੀ ਤਾਂ ਕਿਸਮਤ ਜਾਗ ਪਈ ਹੈ ਉਸ ਦਾ ਵਪਾਰ ਚਮਕ ਪਿਆ ਹੈ ਕਈਆਂ ਸੰਤਾਂ ਦਾ ਜਿਹਾ ਹੀ ਪ੍ਰਤਾਪ ਹੁੰਦਾ ਹੈ ਉਹਨਾਂ ਦਾ ਆਉਣਾ ਲਹਿਰ ਬਹਿਰ ਅਤੇ ਉਹਨਾਂ ਦਾ ਜਾਣਾ ਦਲਿੱਦਰ ਹੁੰਦਾ ਹੈ ਇਹ ਠੀਕ ਹੈ ਕਿ ਇਸ ਵਿੱਚ ਕੁਝ ਹੈ ਵਡੀਆਂ ਗੱਲਾਂ ਕੀ ਕਰਨੀਆਂ ਨੇ ਛੋਟੀ ਜੀ ਗੱਲੀ ਲਓ ਪਿੱਛੇ ਜੇ ਮੈਂ ਕਾਬਲੀ ਤੋਂ ਇੱਕ ਕਾਲੀ ਘੋੜੀ ਖਰੀਦੀ ਸੀ ਉਸ ਸਮੇਂ ਤੋਂ ਮੈਂ ਚਿੜਦਿਆਂ ਕਲਾ ਵਿੱਚ ਜਾ ਰਿਹਾ ਹਾਂ ਮੈਂ ਮਿੱਟੀ 'ਚ ਹੱਥ ਵੀ ਪਾਵਾਂ ਤਾਂ ਸੋਨਾ ਨਿਕਲਦਾ ਕੁਝ ਵੀ ਹੈ ਲਾਲ ਤਾਂ ਲਾਹੌਰ ਲਈ ਇੱਕ ਰਮਾਤ ਹੈ ਜਦੋਂ ਲੰਘਦਾ ਹੈ ਤਾਂ ਲੋਕ ਕਿਵੇਂ ਨਜ਼ਰਾਂ ਗੱਡ ਕੇ ਦੇਖਦੇ ਹਨ ਉਸ ਦੇ ਚਿਹਰੇ ਦੇ ਤੇਜ ਨਾਲ ਇਸ ਤਰ੍ਹਾਂ ਕੀਲੇ ਜਾਂਦੇ ਹਨ ਜਿਵੇਂ ਉਹਨਾਂ ਦੇ ਪੈਰਾਂ ਵਿੱਚ ਬੀੜੀਆਂ ਪੈ ਜਾਂਦੀਆਂ ਹੋਣ ਜਦੋਂ ਕਦੇ ਵੀ ਮਾਦੋ ਲਾਲ ਘਰੋਂ ਨਿਕਲਦਾ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਅਤੇ ਸਿਫਤਾਂ ਕਰਦੇ ਹੁਸੈਨ ਬਿਨਾਂ ਨਾਗਾ ਸ਼ੌਕਰ ਦੇ ਇਸ ਮੁੰਡੇ ਨੂੰ ਦੇਖਣਾ ਹੁੰਦਾ ਉਹ ਪਹਿਲਾਂ ਉਸ ਨੂੰ ਸਿਰ ਤੋਂ ਪੈਰਾਂ ਤੱਕ ਅਤੇ ਫਿਰ ਪੈਰਾਂ ਤੋਂ ਸਿਰ ਤੱਕ ਦੇਖਦਾ ਅਤੇ ਰਹਿਸਮਈ ਸੁਰ ਵਿੱਚ ਕਹਿੰਦਾ ਯਾ ਅੱਲਾ ਯਾ ਅੱਲਾ ਅਤੇ ਇੱਕ ਜੰਗਲੀ ਆਦਮੀ ਦੀ ਤਰ੍ਹਾਂ ਦੌੜ ਜਾਂਦਾ ਕਿਉਂਕਿ ਸ਼ਾਹੂਕਾਰ ਲਾਹੌਰ ਦੇ ਲੋਕਾਂ ਦੀ ਭੈੜੀ ਨਜ਼ਰ ਲੱਗਣ ਤੋਂ ਡਰਦਾ ਸੀ ਜੋ ਮੁੰਡੇ ਨੂੰ ਅੱਖਾਂ ਪਾੜ-ਪਾੜ ਦੇਖਦੇ ਰਹਿੰਦੇ ਸਨ ਇਸ ਲਈ ਉਹ ਸ਼ਾਹ ਹੁਸੈਨ ਦੇ ਆਪਣੇ ਬੇਟੇ ਲਈ ਸਨੇ ਨੂੰ ਚੰਗਾ ਸਮਝਦਾ ਸੀ ਉਸ ਨੂੰ ਲੋਕਾਂ ਦੀ ਬੇਸ਼ਰਮੀ ਤੋਂ ਬਹੁਤ ਡਰ ਲੱਗਦਾ ਸੀ ਜੋ ਲੋਕ ਹੁਸੈਨ ਦੇ ਉਪਾਸ਼ਕ ਸਨ ਅਤੇ ਉਸ ਤੋਂ ਵੀ ਡਰਦੇ ਸਨ ਉਹ ਉਸ ਦੀਆਂ ਮੁੰਡੇ ਵੱਲ ਫੇਰੀਆਂ ਤੋਂ ਹੈਰਾਨ ਵੀ ਹੁੰਦੇ ਸਨ ਪਰ ਉਹ ਇਹ ਕਹਿ ਕੇ ਗਲ ਨਿਬੜ ਦਿੰਦੇ ਕਿ ਇਹ ਫਕੀਰ ਦੀ ਮੌਜ ਹੈ ਸਮਾਂ ਬੀਤਦਾ ਗਿਆ ਮੀ ਹਨੇਰੀ ਜਾਂ ਗੜੇ ਕੁਝ ਵੀ ਹੋਵੇ ਹੁਸੈਨ ਹਰ ਰੋਜ਼ ਮਾਦੂ ਲਾਲ ਨੂੰ ਦੇਖਣ ਆਉਂਦਾ ਅਤੇ ਉਸ ਨੂੰ ਇੱਕ ਨਜ਼ਰ ਦੇਖ ਕੇ ਮੁੜ ਜਾਂਦਾ ਉਸ ਦੀਆਂ ਹਰ ਰੋਜ਼ ਬਿਨਾਂ ਕਿਸੇ ਨਾਗ ਦੇ ਫੇਰੀਆਂ ਤੋਂ ਮਾਪੇ ਕਬਰਾਂ ਗਏ ਉਹਨਾਂ ਨੂੰ ਡਰ ਸੀ ਕਿ ਉਹ ਕਿਤੇ ਉਹਨਾਂ ਦੇ ਬੇਟੇ ਨੂੰ ਪਰਹਾ ਕੇ ਨਾ ਲੈ ਜਾਵੇ ਅਤੇ ਆਪਣੇ ਵਰਗਾ ਹੀ ਨਾ ਬਣਾ ਲਵੇ ਉਸ ਦਾ ਮਾਣ ਤਾਂ ਕਰਦੇ ਸਨ ਪਰ ਦਿਲੋਂ ਇਹ ਨਹੀਂ ਸਨ ਚਾਉਂਦੇ ਕਿ ਉਹਨਾਂ ਦਾ ਬੇਟਾ ਵਿਲਖਣ ਜਿਆ ਸਵਾ ਮਲੀ ਹੋਈ ਕੋਈ ਜੰਗਲੀ ਜਿਆ ਤੇ ਖੰਧਰਾਂ ਚ ਰਹਿਣ ਵਾਲਾ ਆਦਮੀ ਜਾਪੇ ਜਿਸ ਦੀਆਂ ਮਸ਼ਾਲ ਵਾਂਗ ਬਲਦੀਆਂ ਅੱਖਾਂ ਅਤੇ ਪਾਗਲਾਂ ਜਈ ਚੁੱਪ ਹੋਵੇ ਰੁਕਾਵਟਾਂ ਦੇ ਬਾਵਜੂਦ ਮਾਦੂ ਲਾਲ ਅਤੇ ਹੁਸੈਨ ਵਿੱਚ ਨੇੜਤਾ ਵਧਦੀ ਗਈ ਮਦੂਲਾਲ ਮਹਿਸੂਸ ਕਰਦਾ ਸੀ ਕਿ ਹੁਸੈਨ ਬਾਹਰੋਂ ਬੇਸ਼ੱਕ ਗੰਦਾ ਮੰਦਾ ਸੀ ਪਰ ਉਸਦੇ ਅੰਦਰ ਪਰਮਾਤਮਾ ਦਾ ਵਾਸਾ ਸੀ ਉਹ ਧਰਤੀ ਤੇ ਇੱਕ ਸਵਰਗ ਦੀ ਤਰ੍ਹਾਂ ਸੀ ਉਸ ਦੀ ਛੋਹ ਵਿੱਚ ਜਾਦੂਆ ਤੇ ਉਸ ਦੀ ਤਕਣੀ ਵਿੱਚ ਬਖਸ਼ਿਸ਼ਾਂ ਸਨ ਜਦੋਂ ਹੁਸੈਨ ਸ਼ਾਹੂਕਾਰ ਦੀ ਦੁਕਾਨ ਦੇ ਸਾਹਮਣੇ ਬੈਠੇ ਲਾਲ ਦੀ ਪਿੱਠ ਤੇ ਹੱਥ ਫੇੜਦਾ ਅਤੇ ਉਸ ਨੂੰ ਪਿਆਰ ਭਰੀਆਂ ਨਜ਼ਰਾਂ ਨਾਲ ਦੇਖਦਾ ਤਾਂ ਲਾਲ ਦੀਆਂ ਅੱਖਾਂ ਜਿਵੇਂ ਕਿਸੇ ਦੇਵੀ ਚੰਨ ਨਾਲ ਮੁੰਦੀਆਂ ਜਾਂਦਿਆਂ ਹੋਣ ਅਤੇ ਉਹ ਆਰਾਮ ਤੇ ਖੁਸ਼ੀਆਂ ਅਨੁਭਵ ਕਰਦਾ। ਹੁਸੈਨ ਦਾ ਲਾਲ ਦੇ ਕੋਲ ਬੈਠਣਾ ਆਪਣੇ ਆਪ ਵਿੱਚ ਇੱਕ ਤਸਵੀਰ ਹੀ ਹੁੰਦਾ। ਹੁਸੈਨ ਉੱਚਾ ਲੰਮਾ ਪਰ ਸਰੀਰ ਦਾ ਅਕਹਿਰਾ ਸੀ। ਉਹ ਤਾਂਬੇ ਰੰਗਾ ਸੀ। ਜਦੋਂ ਉਹ ਲਾਲ ਦੇ ਕੋਲ ਬੈਠਾ ਲਾਲ ਦੀ ਪਿੱਠ ਤੇ ਹੱਥ ਰੱਖੀ ਆਪਣੇ ਸਿਰ ਨੂੰ ਥੋੜਾ ਜਿਹਾ ਸਜੇਵਲ ਚੁਕਾਈ ਨਜ਼ਰਾਂ ਗੜ ਕੇ ਇੱਕ ਮਮਤਾ ਵင်ਨੀ ਮਾਂ ਦੀ ਤਰ੍ਹਾਂ ਦੇਖ ਰਿਹਾ ਹੁੰਦਾ। ਤਾਂ ਉਸ ਦੀ ਤਾਂਬੇ ਰੰਗੀ ਦੇਹ ਕੋਲ ਬੈਠਾ ਸ਼ੌਕਰ ਦਾ ਮੁੰਡਾ ਚਾਂਦੀ ਦੀ ਦੇਹ ਦਾ ਲੱਗਦਾ ਜਿਵੇਂ ਉਸ ਸੰਗੇ ਮਰਮਰ ਦਾ ਬੋਤ ਹੋਵੇ ਜਿਵੇਂ ਉਸ ਦੀ ਪਿੱਠ ਹੁਸੈਨ ਦੀਆਂ ਪਿਆਰੀਆਂ ਥਪਕਿਆਂ ਦੇ ਪਾਰ ਝੁਕੀ ਹੋਈ ਹੋਵੇ ਇਸ ਤਰ੍ਹਾਂ ਜਾਬ ਦਾ ਜਿਵੇਂ ਪੁਸਤਕ ਸਮਿਆਂ ਦੇ ਯੂਨਾਨੀ ਕਲਾਕਾਰਾਂ ਲਈ ਮੂਰਤੀ ਬਣਾ ਕੇ ਅਮਰ ਕਰਨ ਦਾ ਵਿਸ਼ਾ ਹੋਵੇ ਅਖੀਰ ਉਹ ਸਮਾਂ ਆ ਗਿਆ ਜਦੋਂ ਮਾਦੋ ਨੇ ਇਸ ਬੋਝਲ ਹੋ ਰਹੀ ਨੇੜਤਾ ਬਾਰੇ ਆਪਣਾ ਪ੍ਰਤੀਕਰਮ ਦਿੱਤਾ ਉਸ ਨੂੰ ਜਾਪਿਆ ਕਿ ਕੋਈ ਵਿਲੱਖਣ ਤੇ ਜਾਦੂਮਈ ਜਿਹਾ ਪ੍ਰਭਾਵ ਉਸਦੇ ਬੱਚੇ ਤੇ ਪਾਇਆ ਜਾ ਰਿਹਾ ਸੀ ਸ਼ਹਿਰ ਦੇ ਕੁਝ ਬਤਵੰਤੇ ਹੁਸੈਨ ਦੇ ਕਿਕਰਾਂ ਦੇ ਜੰਗਲ ਵਿਖੇ ਸਥਿਤ ਟਿਕਾਣੇ ਤੇ ਮਿਲਣ ਗਏ ਜਦੋਂ ਬੇਨਤੀਆਂ ਕਰਦੇ ਤਾਂ ਹੁਸੈਨ ਸਿਰਫ ਖਾਲੀ ਨਜ਼ਰਾਂ ਨਾਲ ਉਨ੍ਹਾਂ ਵੱਲ ਦੇਖ ਹੀ ਜਾਂਦਾ ਉਸ ਦੀ ਤਕੜੀ ਅਜਿਹੀ ਹੁੰਦੀ ਕਿ ਸਾਰੇ ਡਰ ਨਾਲ ਕੰਬਦੇ ਮੋੜਾਂ ਹੁੰਦੇ ਉਹ ਮਾਇੂਸ ਮਾਦੂ ਨੂੰ ਆ ਕੇ ਦੱਸਦੇ ਕਿ ਹੁਸੈਨ ਤਾਂ ਕੋਈ ਮਹਾਨ ਸੰਤ ਹੈ ਉਸ ਦੀ ਤਕਣੀ ਵਿੱਚ ਅਥਾ ਸ਼ਕਤੀ ਹੈ ਤੇਰੇ ਬੱਚੇ ਨੂੰ ਕੋਈ ਨੁਕਸਾਨ ਨਹੀਂ ਹੋ ਸਕਦਾ ਉਹ ਤਾਂ ਉਸ ਦਾ ਰક્ષਕ ਹੈ ਹੁਸੈਨ ਉਹਨਾਂ ਜਾਦੂਗਰਾਂ ਵਿੱਚੋਂ ਨਹੀਂ ਜੋ ਘਟੀਆਂ ਮੰਤਵਾਂ ਦੀ ਸਿੱਧੀ ਜਾਂ ਸ਼ਗਲ ਨਾਲੀ ਮੈਸਮਰੀਜ਼ਮ ਜਾਂ ਹਿਪਨੋਟਿਜ਼ਮ ਰਾਹੀਂ ਲੋਕਾਂ ਦੀਆਂ ਰੂਹਾਂ ਕਾਬੂ ਕਰਦੇ ਫਿਰਦੇ ਹਨ ਉਸ ਦੇ ਬੁੱਲ ਹਿਲਦੇ ਰਹਿੰਦੇ ਹਨ ਅਸੀਂ ਮਹਿਸੂਸ ਕਰਦੇ ਹਾਂ ਕਿ ਉਹ ਤਾਂ ਕੋਈ ਮਹਾਨ ਸਿੱਖ ਧਰਮ ਦਾ ਰਹੱਸਵਾਦੀ ਹੈ ਉਹ ਤਾਂ ਸਭ ਦੁਨੀਆਂ ਦੇ ਰਖਣ ਹਾਰੇ ਹਨ ਉਹ ਮਾੜੀਆਂ ਰੂਹਾਂ ਨਾਲ ਕੋਈ ਸੰਬੰਧ ਨਹੀਂ ਰੱਖਦੇ ਉਹਨਾਂ ਦਾ ਸੰਬੰਧ ਸਿੱਧਾ ਉਸ ਅਕਾਲ ਪੁਰਖ ਨਾਲ ਹੈ ਉਹ ਯੋਗੀ ਜਾਂ ਜਾਦੂਗਰ ਖਤਰਨਾਕ ਹੁੰਦੇ ਹਨ ਜੋ ਭੂਤ ਪ੍ਰੇਤ ਅਤੇ ਹਾਹਸ਼ ਗ੍ਰਸਤ ਰੂਹਾਂ ਨੂੰ ਵਸ ਕਰਦੇ ਹਨ ਉਹਨੇ ਉਹ ਹੈਰਾਨ ਕਰਨ ਵਾਲੀਆਂ ਕਰਾਮਾਤਾ ਕਰਨ ਪਰ ਇਹਨਾਂ ਦਾ ਕੋਈ ਇਤਬਾਰ ਨਹੀਂ ਕਰਦਾ ਜਦੋਂ ਕਿਸੇ ਨੂੰ ਜ਼ਰਾ ਚੰਗੀ ਸਮਝ ਆ ਜਾਵੇ ਤਾਂ ਸਭ ਕੁਝ ਇੱਕੋ ਜਿਹਾ ਹੀ ਅਦਭੁਤ ਜਾਪਦਾ ਹੈ ਜੇ ਸਾਡੇ ਵਿੱਚ ਭਗਤੀ ਭਾਵਨਾ ਪਿਆਰ ਅਤੇ ਉਸ ਦੀ ਮਹਾਨਤਾ ਤੋਂ ਪ੍ਰਭਾਵਿਤ ਸੱਚੀ ਆਤਮਾ ਹੋਵੇ ਤਾਂ ਇੱਕ ਬੱਤੀ ਦਾ ਜਲਣਾ ਵੀ ਅਲੋਕਿਕ ਜਾਪਦਾ ਹੈ ਹੁਸੈਨ ਵਰਗੇ ਸੰਤਾਂ ਦਾ ਪਿਆਰ ਤਾਂ ਫੁੱਲਾਂ ਦੀ ਸੁਗੰਧੀ ਦੀ ਤਰ੍ਹਾਂ ਹੁੰਦਾ ਹੈ ਉਸ ਵਿੱਚ ਕੋਈ ਖੁਆਇਸ਼ ਨਹੀਂ ਹੁੰਦੀ ਕੋਈ ਖੁਦਗਰਜ਼ੀ ਨਹੀਂ ਹੁੰਦੀ ਕਬਜ਼ੇ ਦੀ ਭਾਵਨਾ ਨਹੀਂ ਹੁੰਦੀ ਅਤੇ ਨਾ ਹੀ ਕਿਸੇ ਕਿਸਮ ਦੀ ਸ਼ਕਤੀ ਨੂੰ ਇਕੱਠਾ ਕਰਨ ਦਾ ਲਾਲਚ ਹੁੰਦਾ ਹੈ ਉਹ ਸਦਾ ਵਿਸਮਾ ਦੇ ਚ ਰਹਿੰਦੇ ਹਨ ਅਤੇ ਆਤਮਾ ਨੂੰ ਖੁੱਲੇ ਆਕਾਸ਼ਾਂ ਵਿੱਚ ਉਡਾਰੀਆਂ ਲਾਉਣ ਵਿੱਚ ਸਹਾਇਤਾ ਕਰਦੇ ਹਨ ਕੌਣ ਜਾਣੇ ਤੇਰਾ ਬੇਟਾ ਵੀ ਕੋਈ ਮਹਾਨ ਆਤਮਾ ਹੋਵੇ ਅਤੇ ਉਸ ਇਸ ਸੰਤ ਰਾਹੀ ਆਪਣੀ ਮੰਜ਼ਲ ਦੀ ਪ੍ਰਾਪਤੀ ਕਰਨੀ ਹੋਵੇ ਇਸ ਸੰਤ ਨੂੰ ਆਪਣੇ ਆਪ ਤੇ ਆਪਣੀ ਇਕਲਤਾ ਤੇ ਇਨਾ ਮਾਣ ਹੈ ਕਿ ਉਹ ਨਾ ਕਦੇ ਆਪਣਾ ਟਿਕਾਣਾ ਛੱਡਦਾ ਹੈ ਅਤੇ ਨਾ ਹੀ ਅੱਖਾਂ ਖੋਲਦਾ ਹੈ ਉਸ ਦਾ ਹਰ ਰੋਜ਼ ਤੇਰੇ بیٹے ਦੇ ਸਾਥ ਲਈ ਬਾਹਰ ਆਉਣਾ ਸਾਨੂੰ ਤਾਂ ਕੋਈ ਇਲਾਹੀ ਕਰਮ ਹੀ ਜਾਪਦਾ ਹੈ ਅਸੀਂ ਇਸ ਤਰ੍ਹਾਂ ਦੀ ਕੋਈ ਹੋਰ ਗੱਲ ਨਹੀਂ ਦੇਖੀ ਲਾਹੌਰ ਦੇ ਲੋਕ ਬੇਵਕੂਫ ਉਹ ਇਹਨਾਂ ਗੱਲਾਂ ਬਾਰੇ ਕੁਝ ਨਹੀਂ ਜਾਣਦੇ ਤਾਂ ਹੀ ਊਲ ਜਲੂਲ ਬੋਲਦੇ ਹਨ ਉਹਨਾਂ ਨੂੰ ਬੱਕਣ ਦਿਓ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਹਰ ਰੋਜ਼ ਆਮ ਹੀ ਹੁੰਦੀਆਂ ਰਹਿੰਦੀਆਂ ਮਾਦੋ لال ਕੁਝ ਦਿਨਾਂ ਦੇ ਬੁਖਾਰ ਬਾਅਦ ਅਚਾਨਕ ਹੀ ਚਲਾਣਾ ਕਰ ਗਿਆ ਉਸ ਦੀ ਬਿਮਾਰੀ ਸਮੇਂ ਕਿਸੇ ਕਾਰਨ ਹੁਸੈਨ ਸ਼ਹਿਰ ਨਹੀਂ ਸੀ ਆਇਆ ਲੋਕ ਹੈਰਾਨ ਸਨ ਕਿ ਉਹ ਆਇਆ ਕਿਉਂ ਨਹੀਂ ਉਹ ਉਸ ਨੂੰ ਰਾਜ਼ੀ ਕਰ ਸਕਦਾ ਸੀ ਸੋ ਬੋਸ ਨੂੰ ਇੱਕ ਮਹਾਨ ਰੋਗ ਨਿਵਾਰਕ ਵਜੋਂ ਜਾਣਦੇ ਸਨ ਜਦੋਂ ਗਲੀਆਂ ਵਿੱਚੋਂ ਲੰਘਦਾ ਤਾਂ ਮਾਵਾਂ ਆਪਣੇ ਬਿਮਾਰ ਬੱਚਿਆਂ ਨੂੰ ਕੁੱਛਣ ਲੈ ਕੇ ਲਾਈਨਾਂ ਬਣਾ ਖੜੀਆਂ ਹੋ ਜਾਂਦੀਆਂ ਉਹ ਮਾਵਾਂ ਨੂੰ ਖੁਸ਼ੀਆਂ ਬਖਸ਼ਦਾ ਉਹ ਬੱਚਿਆਂ ਨੂੰ ਛੋਂਦਾ ਤੇ ਉਹ ਠੀਕ ਹੋ ਜਾਂਦੇ ਪਰ ਉਹ ਛੇਤੀ ਛੇਤੀ ਲੰਘ ਜਾਂਦਾ ਉਹ ਇੰਨਾ ਕਾਲੀ ਤੁਰਦਾ ਸੀ ਕਿ ਕੁਝ ਦੇਖ ਸਕਦੇ ਅਤੇ ਕੁਝ ਰਹਿ ਜਾਂਦੇ ਸੋ ਸਾਰੇ ਹੈਰਾਨ ਪਰੇਸ਼ਾਨ ਸਨ ਕਿ ਉਹ ਆਇਆ ਕਿਉਂ ਨਹੀਂ ਸੀ ਮਦੂਲਾਲ ਮਰ ਚੁੱਕਾ ਸੀ ਕੁਝ ਕਹਿੰਦੇ ਉਸਦੇ ਰੋਜ਼ੇ ਰੱਖੇ ਹੋਣਗੇ ਪਰ ਜਿਹੜੇ ਇਸ ਤਰ੍ਹਾਂ ਦੇ ਯੋਗੀਆਂ ਦੀਆਂ ਆਦਤਾਂ ਜਾਣਦੇ ਸਨ ਉਹ ਕਹਿੰਦੇ ਕਿ ਉਸ ਨੂੰ ਪਤਾ ਸੀ ਕਿ ਇਸ ਬੱਚੇ ਦੀ ਹੋਂਣੀ ਇਹੀ ਸੀ ਉਹ ਦੂਸਰੀਆਂ ਦੀ ਸੋਚ ਦਾ ਕੀ ਕਰੇ ਆਖਿਰਕਾਰ ਹੁਸੈਨ ਇੱਕ ਮੂਡੀ ਜਿਹਾ ਆਦਮੀ ਸੀ ਰਾਜ਼ੀ ਹੋਣਾ ਤਾਂ ਕਿਸਮਤ ਤੇ ਨਿਰਭਰ ਸੀ ਨਾ ਕਿ ਉਸਦੇ ਛੋਹਣ ਤੇ ਲੋਕ ਉਸ ਦੇ ਪਰਛਾਵੇਂ ਨਾਲ ਹੀ ਰਾਜ਼ੀ ਹੋ ਜਾਂਦੇ ਸਨ ਕੁਝ ਕਹਿੰਦੇ ਕਿ ਉਹ ਇੰਨਾ ਮਹਾਨ ਹੈ ਕਿ ਸਰੀਰਕ ਇਲਾਜ ਦੀ ਥਾਂ ਲੋਕਾਂ ਦੀਆਂ ਰੂਹਾਂ ਤੇ ਮਨਾਂ ਦਾ ਇਲਾਜ ਕਰਨ ਵਿੱਚ ਰੁਝਿਆ ਹੋਇਆ ਹੈ ਕੁਝ ਕਹਿੰਦੇ ਕਿ ਅਸਲ ਇਲਾਜ ਹੀ ਇਹ ਹੈ ਲੋਕਾਂ ਦੀਆਂ ਸਰੀਰਕ ਬਿਮਾਰੀਆਂ ਦਾ ਇਲਾਜ ਆਪਣੀ ਆਤਮਾ ਤੇ ਭਾਰ ਪਾ ਕੇ ਕਰਨਾ ਕੋਈ ਬਹੁਤ ਹੀ ਚੰਗੀ ਗੱਲ ਨਹੀਂ ਹੈ ਅਸਲ ਵਿੱਚ ਸੱਚੀ ਪਾਵਨਤਾ ਤਾਂ ਇਹ ਹੈ ਕਿ ਅਜਿਹੇ ਮਹਾਨ ਸੰਤਾਂ ਦਾ ਪਰਛਾਵਾ ਪੈਣ ਤੇ ਹੀ ਬਿਮਾਰ ਠੀਕ ਹੋ ਜਾਂਦੇ ਪਰ ਉਹਨਾਂ ਨੂੰ ਆਪ ਪਤਾ ਹੀ ਨਹੀਂ ਲੱਗਦਾ ਉਹਨਾਂ ਦੇ ਵਰਤਾਅ ਵਿੱਚ ਸਦਾ ਹੀ ਕੁਝ ਅਸੀਮ ਜਿਹਾ ਹੁੰਦਾ ਹੈ ਜੋ ਇਹ ਸਮਝਦੇ ਹਨ ਕਿ ਰੂਹਾਨੀਅਤ ਸਰੀਰਕ ਅਨੁਸ਼ਾਸਨ ਜਿਵੇਂ ਕਿ ਯੋਗ ਜਾਂ ਸਮਾਧੀ ਆਦਿ ਦਾ ਫਲ ਹੈ ਉਹ ਬਿਲਕੁਲ ਗਲਤੀ ਤੇ ਹਨ ਰੂਹਾਨੀਅਤ ਨਾ ਕਿਸੇ ਵਿਅਕਤੀ ਤੇ ਉਸ ਇਲਾਹੀ ਹਸਤੀ ਦੀ ਬਖਸ਼ਿਸ਼ ਹੈ ਉਸ ਵਿਅਕਤੀ ਦਾ ਸਰੀਰ ਮਨੁੱਖਾਂ ਵਰਗਾ ਹੁੰਦਾ ਹੈ ਪਰ ਉਸ ਦੀ ਜ਼ਬਾਨ ਤੇ ਸਦਾ ਉਸ ਪਰਮਾਤਮਾ ਦਾ ਨਾਮ ਰਹਿੰਦਾ ਹੈ ਅਤੇ ਉਸ ਦੀ ਮਦਦ ਤੇ ਕੋਈ ਆਕਾਸ਼ੀ ਸ਼ਕਤੀ ਹੁੰਦੀ ਹੈ ਉਹ ਸਭ ਕੁਝ ਪਰਮਾਤਮਾ ਦੇ ਹੁਕਮ ਨਾਲ ਕਰਦਾ ਹੈ ਅਸਲ ਵਿੱਚ ਦੁਨੀਆ ਨੂੰ ਰਹਿਮਤਾ ਵੰਡਣ ਲਈ ਉਹ ਪਰਮਾਤਮਾ ਦਾ ਇੱਕ ਭੌਤਿਕ ਸਾਧਨ ਹੈ ਹੁਸੈਨ ਦੇ ਸ਼ਹਿਰ ਨਾ ਹੋਣ ਤੇ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਫੈਲੀਆਂ ਹੋਈਆਂ ਸਨ ਇਸ ਰਾਜਕੁਮਾਰ ਜੇ ਸੁਨੱਖੇ ਮਾਦੋ ਲਾਲ ਦੀ ਮੌਤ ਤੇ ਹਰ ਕੋਈ ਉਦਾਸ ਸੀ ਜਦੋਂ ਲੋ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ ਤਾਂ ਹੁਸੈਨ ਉਹਨਾਂ ਦੇ ਦਰਮਿਆਨ ਖੜਾ ਸੀ ਜਿਵੇਂ ਉਹ ਗੁੰਗਾ ਹੋਵੇ ਉਹ ਇੱਕ ਟੱਕ ਲੋਕਾਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖ ਰਿਹਾ ਸੀ ਲੋਕਾਂ ਨੇ ਉਸ ਨੂੰ ਦੱਸਿਆ ਕਿ ਮਾਦੋ لال ਮਰ ਗਿਆ ਸੀ ਅਤੇ ਉਹ ਉਸ ਦੇ ਸੰਸਕਾਰ ਲਈ ਇਕੱਠੇ ਹੋਏ ਹਨ ਝੂਠੇ لال ਮਰ ਗਿਆ ਨਹੀਂ لال ਅਮਰ ਹੈ ਹੁਸੈਨ ਨੇ ਕਿਹਾ ਅਵਾਕਾ ਅਸੀਂ ਤੁਹਾਨੂੰ ਉਸਦੀ লাশ ਦਿਖਾਉਂਦੇ ਹਾਂ ਉਹ ਸਾਰੇ ਸ਼ੌਕਰ ਦੇ ਘਰ ਦਾ ਹਲ ਹੋਏ ਅਤੇ ਲਾਲ ਦੀ লাশ ਵੱਲ ਇਸ਼ਾਰਾ ਕੀਤਾ ਇਹ ਉਸਦਾ ਮ੍ਰਿਤਕ ਸਰੀਰ ਹੈ ਰੂਹ ਤਾਂ ਉੱਡ ਗਈ ਹੈ ਮਾਤਾ ਤੇ ਪਿਤਾ ਜ਼ਾਰ-ਜ਼ਾਰ ਰੋ ਰਹੇ ਸਨ ਉਹ ਹੁਸੈਨ ਦੇ ਪਹਿਰਾ ਤੇ ਟੈਪੇ ਅਤੇ ਕਹਿਣ ਲੱਗੇ ਤੁਹਾਡਾ ਚਹੇਤਾ ਲੜਕਾ ਚਲਵਸਿਆ ਹੈ ਸਾਡੇ ਤੇ ਕਿਰਪਾ ਕਰੋ ਸਾਨੂੰ ਵੀ ਮਾਰ ਦਿਓ ਇਸ ਸਾਡੇ ਤੇ ਬਹੁਤ ਵੱਡਾ ਕਰਮ ਹੋਵੇਗਾ ਸਾਨੂੰ ਇਸ ਜ਼ਿੰਦਾ ਕਬਰ ਤੋਂ ਛੁਟਕਾਰਾ ਦਿਵਾਓ ਸਾਡੇ ਲਈ ਜ਼ਿੰਦਗੀ ਹੁਣ ਕੋਈ ਅਰਥ ਨਹੀਂ ਰੱਖਦੀ ਹਾਂ ਮਿੱਟੀ ਤੋਂ ਬਿਨਾ ਹੁਣ ਰਹਿ ਹੀ ਕੀ ਗਿਆ ਹੈ ਇਹ ਦੁਬਾਰਾ ਜ਼ਿੰਦਾ ਨਹੀਂ ਹੋ ਸਕਦਾ ਪਰ ਕੀ ਤੁਸੀਂ ਇਸ ਨੂੰ ਫਕੀਰਾਂ ਨੂੰ ਦੇ ਦੇਵੋਗੇ ਹਾਂ ਅਸੀਂ ਦੇ ਦੇਵਾਂਗੇ ਜੇ ਇਹ ਜਿੰਦਾ ਹੋ ਜਾਵੇ ਤਾਂ ਅਸੀਂ ਇਸ ਦਾ ਮੂੰਹ ਦੇਖ ਕੇ ਅਤੇ ਇਸ ਦੀਆਂ ਗੱਲਾਂ ਸੁਣ ਕੇ ਜੀ ਸਕਾਂਗੇ ਇਸਤੇ ਹੁਸੈਨ ਨੇ ਲਾਲ ਦਾ ਹੱਥ ਫੜ ਕੇ ਉਠਾਉਂ ਦੇ ਕੇ ਆ ਲਾਲ ਆ ਚਲੀ ਤੂੰ ਫਕੀਰਾਂ ਨੂੰ ਬਖਸ਼ ਦਿੱਤਾ ਗਿਆ ਹੈ ਆ ਮੈਂ ਤੈਨੂੰ ਪਰਮਾਤਮਾ ਨੂੰ ਭੇਟ ਕਰਦਾ ਮਾਦੋ ਲਾਲ ਉੱਠ ਖੜਾ ਹੋਇਆ ਅਤੇ ਹੁਸੈਨ ਦੇ ਮਗਰ ਤੁਰ ਪਿਆ ਕਈ ਸਾਲ ਬੀਤ ਗਏ ਹੁਸੈਨ ਅਤੇ ਲਾਲ ਇਕੱਠੇ ਰਹਿੰਦੇ ਰਹੇ ਹੁਣ ਲਾਲ ਦੇ ਬੁੱਲ ਵੀ ਹੁਸੈਨ ਦੇ ਬੁੱਲਾਂ ਦੀ ਤਰ੍ਹਾਂ ਹੀ ਹਿਲਣ ਲੱਗ ਪਏ ਉਸ ਦੀਆਂ ਅੱਖਾਂ ਵੀ ਅਦਮੀਟੀਆਂ ਹੋ ਗਈਆਂ ਉਸ ਦੀ ਦਿਖ ਨਰਗਸੀ ਹੋ ਗਈ ਉਹ ਗਾਹੇ ਬਗਾਹੇ ਆਪਣੇ ਮਾਪਿਆਂ ਨੂੰ ਮਿਲਣ ਜਾਂਦਾ ਅਤੇ ਉਹਨਾਂ ਨੂੰ ਤਰਵਾਸ ਦਿੰਦਾ ਪਰ ਉਹਨਾਂ ਦੀ ਹਾਲਤ ਦਿਨੋ ਦਿਨ ਨਿਗਰਦੀ ਗਈ ਆਖਰ ਉਹ ਬਹੁਤ ਹੀ ਗਰੀਬ ਹੋ ਗਏ ਆਮਦਨ ਨਾ ਹੋਏ ਵਰਗੀ ਹੀ ਰਹਿ ਗਈ ਇੱਕ ਵਾਰੀ ਹਫਤਾ ਪਰ ਉਹਨਾਂ ਕੁਝ ਨਹੀਂ ਸਿੱਖਾ ਲਾਲ ਨੂੰ ਆਪਣੇ ਮਾਪਿਆਂ ਦੀ ਘੋਰ ਗਰੀਬੀ ਮਹਿਸੂਸ ਹੋਈ ਉਸਨੇ ਹੁਸੈਨ ਨੂੰ ਕੁਝ ਕਰਨ ਲਈ ਅਰਜ਼ੋਈ ਕੀਤੀ ਲਾਲ ਦੇ ਇਸ ਪੋਲੇਪਨ ਤੇ ਹੁਸੈਨ ਨੂੰ ਸਿਰਫ ਆਸਾ ਹੀ ਆਇਆ ਪਰ ਉਹ ਲਾਲ ਦੀ ਪੁੱਤਰਾਵਾਲੀ ਪਵਿੱਤਰਤਾ ਤੋਂ ਪ੍ਰਸੀਜ ਗਿਆ ਹੁਸੈਨ ਲਾਲ ਨੂੰ ਨਾਲ ਲੈ ਕੇ ਸ਼ਹਿਰ ਨੂੰ ਚਲਾ ਗਿਆ ਲਾਹੌਰ ਦੇ ਇੱਕ ਰੌਣਕ ਵਾਲੇ ਚੌਕ ਵਿੱਚ ਜਿੱਥੇ ਕੀ ਅਮੀਰ ਅਤੇ ਕੀ ਗਰੀਬ ਹਰ ਰੋਜ਼ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠੇ ਹੁੰਦੇ ਸਨ ਉਸਨੇ ਇੱਕ ਵੱਡੀ ਸਾਰੀ ਚਾਦਰ ਵਿਛਾ ਦਿੱਤੀ। ਲਾਲ ਉਸਦੇ ਕੋਲ ਬੈਠ ਗਿਆ। ਹੁਸੈਨ ਨੇ ਉੱਚੀ ਆਵਾਜ਼ ਵਿੱਚ ਹੌਕਾ ਦਿੱਤਾ। ਜਿਨ੍ਹਾਂ ਦੇ ਕੋਈ ਔਲਾਦ ਨਹੀਂ ਮੈਂ ਅੱਜ ਉਹਨਾਂ ਨੂੰ ਬੱਚੇ ਦੇਵਾਂਗਾ। ਮੁੰਡਾ ਇੱਕ ਆਨੇ ਦਾ ਅਤੇ ਕੁੜੀ ਇੱਕ ਟੱਕੇ ਦੀ ਸਾਰੇ ਆਓ। ਅੱਜ ਮਾਵਾਂ ਦੀਆਂ ਝੋਲੀਆਂ ਮੋਤੀਆਂ ਨਾਲ ਭਰੀਆਂ ਜਾਣਗੀਆਂ। ਕੱਪੜੇ ਤੇ ਸਿੱਕਿਆਂ ਦਾ ਮੀਂਹ ਵਰ ਪਿਆ। ਫਕੀਰ ਨੂੰ ਲੋਰ ਵਿੱਚ ਆਏ ਦੇਖ ਕੇ ਵਨਸੂਨ ਨੇ ਲੋਕਾਂ ਦਾ ਜਿਵੇਂ ਹਾੜੀ ਆ ਗਿਆ ਹੋਵੇ ਜਦੋਂ ਫਕੀਰ ਦੀ ਚਾਦਰ ਤੇ ਸਿੱਕਿਆਂ ਦਾ ਇੱਕ ਗਜ਼ ਉੱਚਾ ਢੇਰ ਲੱਗ ਗਿਆ ਤਾਂ ਇੱਕ ਸੌਜੇ ਆਦਮੀ ਨੇ ਆ ਕੇ ਕਿਹਾ ਮੇਰੇ ਸਾਈ ਮੈਨੂੰ ਇੱਕ ਬੇਟਾ ਬਖਸ਼ੋ ਜੋ ਮੇਰੇ ਵਿਹੜੇ ਦਾ ਫੁੱਲ ਹੋਵੇ ਅਤੇ ਸਾਰੇ ਜੀਵਨ ਨੂੰ ਮਹਿਕਾ ਦੇਵੇ ਨਹੀਂ ਜਨਾਬ ਤੁਸੀਂ ਦੇਰ ਨਾਲ ਆਇਓ ਹਸੈਨ ਨੇ ਕਿਹਾ ਸਭ ਬੱਚੇ ਵੰਡੇ ਜਾ ਚੁੱਕੇ ਹਨ ਸਿਰਫ ਇੱਕ ਕਾਣੀ ਕੁੜੀ ਰਹਿ ਗਈ ਹੈ ਤੂੰ ਉਹ ਲੈ ਸਕਦਾ ਹੈ ਪਰ ਉਸ ਲਈ ਇੱਕ ਟੱਕੇ ਦੀ ਪੂਰੀ ਕੀਮਤ ਹੀ ਤਾਰਨੀ ਪਵੇਗੀ ਲੋਕ ਕਹਿੰਦੇ ਹਨ ਕਿ ਉਸ ਆਦਮੀ ਦੇ ਸਮਾਪਾ ਕੇ ਇੱਕ ਕਾਣੀ ਕੁੜੀ ਪੈਦਾ ਹੋਈ ਪਰ ਉਸ ਤੇ ਰੰਗ ਰੂਪ ਲੋਹੜੇ ਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ